ਮੈਨੇ ਅੱਜ ਹੀ ਕਰਾ ਸੀਗਾ ਪਹਿਲੀ ਵਾਰੀ। ਹਾਂਜੀ ਅੱਛਾ, ਕਿੰਨੀ ਕਲੈਕਸ਼ਨ ਕਿੰਨੀ ਕਲਿੱਕ ਕਰੀ? ਕਲੈਕਸ਼ਨ ਮਤਲਬ ਪੈਸੇ ਕਿੰਨੇ? ਪੈਸੇ ਕਿੰਨੇ ਪੈਸੇ ਕਰੇ? 2500 ਇਸ ਲਈ ਮੈਂ ਕੰਮ ਕਰ ਲਿਆ ਸੀਗਾ। ਮੇਰਾ ਕੋਈ ਅੱਗੇ ਮੈਂ ਮਿਹਨਤ ਕਿਵੇਂ ਕਰਾਂ? ਜਿਵੇਂ ਦੁਕਾਨ ਤੇ ਲੱਗਣਗਾ ਤਾਂ ਉੱਥੇ ਕੰਮ ਕਰਨ ਵਾਸਤੇ ਲੋਕ ਗਾਲਾਂ ਕੱਢਦੇ ਨੇ, ਫਿਰ ਇਸ ਲਈ ਮੈਨੂੰ ਬਰਦਾਸ਼ਤ ਨਹੀਂ ਹੁੰਦਾ। ਮੈਂ ਭਗਤ ਹਾਂ, ਮੈਂ ਮੀਟ ਮੱਛੀ ਕੁਛ ਨਹੀਂ ਖਾਂਦਾ ਪੀਂਦਾ, ਨਾ ਮੈਂ ਕੋਈ ਨਸ਼ਾ ਕਰਦਾ ਹੈਗਾ, ਨਾ ਮੈਂ ਕੋਈ ਨਸ਼ਾ ਕਰਦਾ ਹੈਗਾ। ਦੇ ਲੋਕਾਂ ਨੂੰ ਮੈਸੇਜ ਦੇਣਾ ਇਹ ਚਾਹੁੰਦੇ ਆ ਕਿ ਜਿਵੇਂ ਉਹ ਹੁੰਦੇ ਨੇਗੇ ਜਗਰਾਤੇ ਹੁੰਦੇ ਨੇ, ਉਹਦੇ ਜਗਰਾਤੇ ਹੁੰਦੇ ਨੇ, ਜਗਰਾਤੇ ਹੁੰਦੇ ਨੇ, ਜਗਰਾਤਿਆਂ ਦੇ ਵਿੱਚ ਝਾਕੀਆਂ ਕੱਢਦੇ ਨੇ, ਉਹ ਕੱਢੋ, ਕੋਈ ਉਹ ਨਹੀਂ ਆ ਕਿਸੇ ਨੂੰ। ਆਰਕੈਸਟਰਾ ਵਾਲੇ ਨੱਚਣ ਵਾਸਤੇ ਲੈ ਜਾਂਦੇ ਨੇ, ਉਹ ਕਰੋ, ਕੋਈ ਦਿੱਕਤ ਨਹੀਂ ਹੈ ਕਿਸੇ ਨੂੰ। ਹੋਰ ਆਪਣਾ ਕੁਛ ਵੀ ਕੰਮ ਕਰੋ, ਕੋਈ ਦਿੱਕਤ ਨਹੀਂ। ਜਦੋਂ ਸਾਡਾ ਪਹਿਰਾਵਾ ਪਾ ਕੇ ਸਾਡਾ ਨਾਮ ਬਦਨਾਮ ਕਰਕੇ ਮੰਗਣਗੇ ਤਾਂ ਅਸੀਂ ਰੋਕਾਂਗੇ ਲੋਕਾਂ, ਸਾਨੂੰ ਬਦਨਾਮ ਕਰਦੇ ਨੇ। ਕੱਲ ਨੂੰ ਕੋਈ ਚੋਰੀਆਂ ਚੁਕਾਰੀਆਂ ਹੁੰਦੀਆਂ ਨੇ, ਅਸੀਂ ਸ਼ਹਿਰ ਦੇ ਰਹਿਣ ਵਾਲੇ ਹਾਂ, ਸ਼ਹਿਰ ਦਾ ਅਰਥ ਅਗਲੇ ਸਾਨੂੰ ਜਾਣਦੇ ਨੇ, ਇਕੱਠੇ ਹੋ ਕੇ ਅਗਲੇ ਸਾਨੂੰ ਕਹਿਣਗੇ ਇਹ ਜਿਹੜਾ ਹੈਗਾ ਇਹ ਮੁੰਡਾ ਹੈ, ਇਹ ਮੁੰਡਾ ਹੈਗਾ, ਇਹ ਇੱਥੇ ਦੁਕਾਨਾਂ ਤੋਂ ਪੈਸੇ ਮੰਗਦਾ ਫਿਰਦਾ ਸੀ। ਇਹ ਜਿਹੜੇ ਕਿ ਦੁਕਾਨਾਂ ਤੋਂ ਪੈਸੇ ਮੰਗ ਕੇ ਕਿਸੇ ਚੱਜ ਦੇ ਕੰਮ ਤੇ ਨਹੀਂ ਲਾਉਂਦੇ, ਇਹ ਆਪਣੇ ਨਸ਼ੇ ਪੱਤੇ ਕਰਦੇ ਨੇ, ਨਸ਼ੇ ਪੱਤੇ ਕਰਦੇ ਨੇ। ਚੰਗਾ ਭਲਾ ਮੁੰਡਾ, ਅਸੀਂ ਸਭ ਦੇ ਸਾਹਮਣੇ ਇਹਦੇ ਕੱਪੜੇ ਬਦਲਵਾਏ ਨੇ, ਸਭ ਦੇ ਸਾਹਮਣੇ ਇਹਦੇ ਕੁੜੀਆਂ ਵਾਲੇ ਕੱਪੜੇ ਲਹਾ ਕੇ ਇਹਦੇ ਲੋਅਰ ਟੀ ਸ਼ਰਟ ਪਵਾਈ ਆ। ਆਹ ਦੇਖੋ, ਆਹ ਇੰਨੇ ਇਹਨੇ ਪੈਸੇ ਇਕੱਠੇ ਕਰ ਰੱਖੇ ਸੀ ਬਾਜ਼ਾਰ 'ਚ। ਆਹ ਦੇਖੋ, ਆਹ ਇਹਦੇ ਕੱਪੜੇ, ਆਹ ਇਹਦੇ ਸੂਟ ਪਾਇਆ ਹੋਇਆ ਸੀ, ਆਹ ਇਹਦੇ ਲਹਾ ਕੇ, ਆਹ ਸਾਰਾ ਕੁਛ ਇਹਦੇ, ਆਹ ਦੇਖੋ, ਆਹ ਇਹਦਾ ਸਾਰਾ ਕੁਛ ਲਹਾ ਕੇ, ਆਹ ਦੇਖੋ, ਆਹ ਇੰਨੇ ਪੈਸੇ ਨੇ ਇਕੱਠੇ ਕਰੇ ਹੋਏ ਸੀ। ਕੱਲ ਨੂੰ ਕੋਈ ਚੋਰੀਆਂ ਚਕਾਰੀਆਂ ਹੁੰਦੀਆਂ ਨੇ, ਇਹ ਘਰ ਬਾਰ ਦੇਖ ਕੇ ਸ਼ਾਮ ਨੂੰ ਕੀ ਪਤਾ ਕਿਹਨੂੰ ਲੈ ਕੇ ਤੁਰੇ ਆਉਂਦੇ ਨੇ, ਨਸ਼ੇੜੀ ਬੰਦੇ ਨੇ। ਆਹ ਦੇਖੋ, ਇੰਨੇ ਪੈਸੇ ਇਕੱਠੇ ਕਰੇ ਹੋਏ ਸੀ, ਅਸੀਂ ਇਹਦੇ ਕੋਲ ਖੋਹ ਕੇ ਪੈਸੇ ਕੱਢ ਕੇ ਉਹ ਕਰਕੇ ਤਾਂ ਅਸੀਂ ਇਹ ਗਊਸ਼ਾਲਾ ਨੂੰ ਦੇ ਰਹੇ ਹਾਂ ਗਊਆਂ ਨੂੰ ਪੱਠੇ ਪਾਉਣ ਵਾਸਤੇ।